ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਖੋਖਰ ਕਲਾਂ ਵਿੱਚ ਖੜੇ ਹਾਂ, ਜਿੱਥੇ ਕਿ ਤਕਰੀਬਨ 20 ਸਾਲਾਂ ਬਾਅਦ ਨਹਿਰੀ ਪਾਣੀ ਆਇਆ ਮਾਨ ਸਰਕਾਰ ਦੀ ਸਹਿਯੋਗ ਨਾਲ। ਤੇ ਸਾਡੀ ਕਮੇਟੀ ਆ ਜਿਹੜੀ ਪਿੰਡ ਖੋਖਰ ਕਲਾਂ ਦੀ, ਥਾਂ 156 ਮੋਗਾ ਨੰਬਰ ਤੇ ਰਜਵਾਹਾ ਨੰਬਰ ਅੜਕਵਾਸ ਦਾ ਹੈਗਾ ਜਿਹੜਾ ਇਹ ਮੋਗੇ ਦਾ, ਜਿਹੜਾ 20 ਸਾਲਾਂ ਬਾਅਦ ਅੱਜ ਪਾਣੀ ਆਇਆ। ਤੇ ਧੰਨਵਾਦ ਮਾਨ ਸਰਕਾਰ ਦਾ, ਜਿਨ੍ਹਾਂ ਦੇ ਯਤਨਾਂ ਕਰਕੇ, ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਨਾਲ ਉਹਨਾਂ ਨੇ ਸਾਨੂੰ, ਜਦੋਂ ਕਮੇਟੀ ਸਾਡੀ ਚੀਮਾ ਸਾਹਿਬ ਕੋਲ ਗਈ, ਉਹਨਾਂ ਨੇ ਮੰਗ ਰੱਖੀ ਤੇ ਉਹਨਾਂ ਦੀ ਜਿਹੜੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕੀਤੀ। ਤੇ ਇੱਕ ਕਮੇਟੀ ਦੇ ਮੈਂਬਰ ਜਿਹੜੇ ਵੀ ਆਪਣੇ ਬਲਵੀਰ ਸਿੰਘ ਜੀ, ਸੁੱਖਾ ਸਿੰਘ ਜੀ, ਮਿਰਖਾ ਸਿੰਘ ਜੀ, ਸ਼ਿੰਗਾਰਾ ਸਿੰਘ ਜੀ, ਸਾਰਿਆਂ ਦੇ ਬਹੁਤ ਆਪਣੇ ਯਤਨਾਂ ਸਦਕਾ ਘੱਟੋ ਘੱਟ ਇਹਨਾਂ ਨੂੰ, ਇਹ ਕਾਂਗਰਸ ਸਰਕਾਰ 'ਚ ਇਹਨਾਂ ਨੇ ਟੀਚਾ ਬਣਾਇਆ ਸੀ ਪਾਈਪਲਾਈਨ ਪਾਉਣ ਦਾ, ਪਰ ਸਰਕਾਰਾਂ ਮਾੜੀਆਂ ਹੋਣ ਕਰਕੇ ਇਹਨਾਂ ਦਾ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤਾ। ਜਦੋਂ ਦੀ ਮਾਨ ਸਰਕਾਰ ਆਈ ਆ, ਉਹਨਾਂ ਦਾ ਪਾਣੀ ਕਣੀ ਇੰਨਾ ਧਿਆਨ ਆ ਕਿ ਇਹਨਾਂ ਨੇ ਪਹਿਲ ਦੇ ਆਧਾਰ ਤੇ ਚੀਮਾ ਸਾਹਿਬ ਕੋਲ ਗਏ ਤੇ ਇਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਾਤਾਰ ਚੱਲ ਰਿਹਾ ਇਹਨਾਂ ਦੇ ਖੇਤਾਂ ਦੇ ਵਿੱਚ। ਬਹੁਤ ਇਮਾਨਦਾਰੀ ਨਾਲ ਪਾਈਪਲਾਈਨ ਦਵਾਈ ਆ, ਨਹੀਂ ਪਹਿਲਾਂ ਕੀ ਹੁੰਦਾ ਸੀਗਾ, ਬਹੁਤ ਕਪਲੇਬਾਜ਼ੀ ਚੱਲਦੀ ਹੁੰਦੀ ਸੀ। ਉਹਨਾਂ ਨੇ ਕੱਲੀ ਕੱਲੀ ਚੀਜ਼ ਤੇ ਗੌਰ ਕਰਕੇ, ਕਿਸਾਨਾਂ ਨਾਲ ਤਾਲਮੇਲ ਕਰਕੇ ਕਿ ਕੋਈ ਮਾੜਾ ਮਟੀਰੀਅਲ ਤਾਂ ਨਹੀਂ ਲੱਗ ਰਿਹਾ, ਮਾੜਾ ਕੋਈ ਨੱਕਾ ਲੱਗ ਰਿਹਾ ਜਾਂ ਹੋਰ, ਸਾਰਿਆਂ ਨੇ ਸਹਿਯੋਗ ਕਰਕੇ ਅੱਜ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਪਾਣੀ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ, ਜਲ ਭੂਮੀ ਰੱਖਿਆ ਦਾ ਬਹੁਤ ਵੱਡਾ ਸਹਿਯੋਗ ਰਿਹਾ, ਜਿਨ੍ਹਾਂ ਕਰਕੇ ਅੱਜ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚ ਰਿਹਾ। ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ, ਮਹਿਕਮੇ ਦਾ, ਸਰਕਾਰ ਦਾ, ਸਾਡੇ ਹਲਕੇ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ, ਮਹਿਕਮੇ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਇਨਕਲਾਬ, ਆਮ ਆਦਮੀ ਪਾਰਟੀ ਜਿੰਦਾਬਾਦ, ਸਰਦਾਰ ਹਰਪਾਲ ਸਿੰਘ ਚੀਮਾ ਜਿੰਦਾਬਾਦ, ਭਗਵੰਤ ਮਾਨ ਸਾਹਿਬ ਜਿੰਦਾਬਾਦ।